pura que te levantó. Tá trigado. ਅੱਜ ਸਮੂਹ ਜਿੰਨੀਆਂ ਵੀ ਜਥੇਬੰਦੀਆਂ ਸਤਿਕਾਰ ਕਮੇਟੀ ਮੁਕੇਰੀਆਂ ਤੋਂ ਹੋਰ ਵੀ ਸਿਮਰਨਜੀਤ ਸਿੰਘ ਮਾਨ ਦੀ ਜਥੇਬੰਦੀ ਜਿੰਨੀਆਂ ਵੀ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਹਨ। ਇਹ ਪਿਛਲੇ ਦਿਨੀ ਜੋ ਲੁੱਚਾ ਸਿੰਘ ਲੰਗਾਹ ਨੇ ਜੋ ਕਾਰਨਾਮਾ ਕੀਤਾ ਹੈ ਜਿਹਦੇ 'ਤੇ ਜਬਰ ਜਵਾਨ ਦਾ ਕੇਸ ਵੀ ਬਣ ਚੁੱਕਿਆ ਹੈ ਅਤੇ ਇਹਨੇ ਇਸ ਤੋਂ ਪਹਿਲਾਂ ਵੀ ਕਈਆਂ ਦੀਆਂ ਜਗ੍ਹਾ ਬੱਲੀਆਂ ਕਈਆਂ ਦੇ ਥਾਂ ਮੱਲੇ ਅਜੇ ਤੱਕ ਇਹ 'ਤੇ ਕੋਈ ਸਖ਼ਤ ਕਾਰਵਾਈ ਨਹੀਂ ਹੋਈ ਹੈ। ਸਭ ਤੋਂ ਮੁੱਢਲੀ ਗੱਲ ਇਹ ਹੈ ਕਿ ਜਿਹੜੀ 5 ਕਕਾਰੀ ਰਹਿਤ ਸਾਨੂੰ ਦਿੱਤੀ ਹੈ ਸਤਿਗੁਰਾਂ ਨੇ, ਇਹਨੇ ਉਹਦਾ ਅਪਮਾਨ ਕੀਤਾ ਹੈ। ਉਹ ਜਿਹੜੀ ਵੀਡੀਓ ਬਣ ਚੁੱਕੀ ਹੈ ਜਿਹਦੇ ਵਿੱਚ ਇਹਨੇ ਸਾਰੇ ਕਕਾਰ ਜਿਹੜੇ ਸੀ ਲਾਏ ਸੀ, ਇਸ ਕਰਕੇ ਮਰਿਆਦਾ ਤੋਂ ਇਹਨੇ ਉਲਟ ਕੰਮ ਕੀਤਾ। ਮੈਂ ਆਪਣੇ ਵੱਲੋਂ ਜਿੰਨੀਆਂ ਵੀ ਜਥੇਬੰਦੀਆਂ ਸਤਿਕਾਰ ਕਮੇਟੀ ਸਮੂਹ ਜਥੇਬੰਦੀਆਂ ਅਸੀਂ ਇਹ ਗੱਲ ਦਾ ਖੁੱਲ੍ਹਾ ਐਲਾਨ ਕਰਦੇ ਹਾਂ ਕਿ ਇਹਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏ ਇਹਦੇ ਉੱਤੇ ਅਤੇ ਇਹਨੂੰ ਜਲਦੀ ਤੋਂ ਜਲਦੀ ਸਜ਼ਾ ਮਿਲਣੀ ਚਾਹੀਦੀ ਆ। 295 ਏ ਧਾਰਾ ਜਿਹੜੀ ਕਕਾਰਾਂ ਦਾ ਇਹਨੇ ਬੇਅਦਬੀ ਕੀਤੀ ਆ ਉਹ ਲੱਗਣੀ ਚਾਹੀਦੀ ਆ ਅਤੇ ਇਸ ਤੋਂ ਇਲਾਵਾ ਇਹ ਜਿਹੜਾ 10 ਨੰਬਰੀ ਰਹਿ ਚੁੱਕਿਆ, ਸਮਗਲਰ ਰਹਿ ਚੁੱਕਿਆ, ਜਿਹੜਾ ਇਹਨੇ ਜਬਰ ਜਨਾਹ ਕੀਤਾ, ਜਿਹੜਾ ਇਸ ਤੋਂ ਇਲਾਵਾ ਇਹਨੇ ਜ਼ਮੀਨਾਂ ਮੱਲੀਆਂ ਹੜੱਪੀਆਂ, ਇਹ ਸਾਰੀ ਕਾਰਵਾਈ ਇੱਥੇ ਹੋਣੀ ਚਾਹੀਦੀ ਆ। ਅਸੀਂ ਸਾਰੇ ਸਿੱਖ ਪੰਥ ਸਮੁੱਚੀ ਸੰਗਤ ਇਹ ਆਸ ਕਰਦੇ ਹਾਂ ਕਿ ਇਹ ਜਿਹੜਾ ਸ਼ਖਸ ਹੈ ਇਹਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਆ। ਮੈਂ ਪਹਿਲਾਂ ਤਾਂ ਸਾਰੀਆਂ ਜਥੇਬੰਦੀਆਂ ਸਮੂਹ ਸਤਿਕਾਰ ਕਮੇਟੀਆਂ ਸ਼੍ਰੋਮਣੀ ਅਕਾਲੀ ਦਲ ਹੋਰ ਵੀ ਜਿੰਨੇ ਜਥੇਬੰਦੀਆਂ, ਇਹ ਜਿਹੜਾ ਕਾਰਾ ਸੁੱਚਾਨੰਦ ਖੱਤਰੀ ਸਮਝ ਲਓ ਵੀ ਸੁੱਚਾਨੰਦ ਖੱਤਰੀ ਬਣ ਗਿਆ ਆ, ਇਹਨੇ ਜਿਹੜਾ ਇਹ ਕਾਰਾ ਕੀਤਾ ਬਹੁਤ ਸ਼ਰਮਨਾਕ ਆ ਸਾਡੀ ਸਿੱਖ ਕੌਮ ਲਈ ਤਾਂ ਬਹੁਤ ਹੀ ਜ਼ਿਆਦਾ। ਇਹਦਾ ਜਿਹੜਾ ਮੇਨ ਗੱਲ ਆ ਵੀ ਇਸ ਗੱਲ 'ਤੇ ਇਹਦੀ ਜਿਹੜੇ ਕਕਾਰਾਂ ਦੀ ਬੇਅਦਬੀ ਕੀਤੀ ਆ ਉਹ 'ਚ ਇਹਦੇ 295 ਏ ਲੱਗਣੀ ਚਾਹੀਦੀ ਆ। ਚੰਦੂ ਮਾਜਰੇ ਵਰਗੇ ਜਿਹੜੇ ਵੱਡੀਆਂ ਵੱਡੀਆਂ ਠਾਂ ਮਾਰਦੇ ਹਮਦਰਦ ਉਹ ਵੀ ਇਹ ਗੁੰਡੇ ਹੀ ਆ, ਕਿਉਂ ਜਦੋਂ CI ਸਟਾਫ 'ਚ ਮੈਂ ਵੀ ਹੁਸ਼ਿਆਰਪੁਰ CI ਸਟਾਫ ਝੱਲਦਾ ਹੈਗਾ, ਇਹ ਪਟਿਆਲੇ 'ਚ ਝੱਲਦਾ ਹੈਗਾ, ਜਿਸ ਵੇਲੇ ਇਹਨੂੰ ਇੰਟੈਰੋਗੇਟ ਕਰਕੇ ਨੰਗਾ ਕੀਤਾ, ਇਹਨੇ ਅੰਡਰ ਬੀਅਰ ਪਾਈ ਹੋ ਸੀਗੀ ਇੱਕ, ਔਰ ਕੇਸਾਂ ਦੀ ਬੇਅਦਬੀ ਕੀਤੀ, ਇਹੋ ਜਿਹੇ ਬੰਦੇ ਤਾਂ ਸਾਰੇ ਅਕਾਲੀ ਦਲ ਬਾਦਲ ਨਾਲ ਆ। ਠੀਕ ਆ ਜੀ, ਮੈਂ ਤਾਂ ਇਹਨਾਂ ਸਾਰਿਆਂ ਦਾ ਨਿਖੇਧੀ ਕਰਦਾ ਹਾਂ, ਇਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।